दो तीन गल्लां तू कल कही तू आप हूं मोटे प्रैंक तगड़े लैवल वाला मोटे नूं करना वा फोन ते उहनूं असीं कहना वा भी तू साडे मेरे ते अमृत बारे जसकरन नूं ते सनोवर नूं की पंप दिते आ की लुत्तियां लाईआं ने ते अगे प्रैंक च नाल नाल तुहानूं दसदे आ की करना वा ते विच जसकरन नूं वी ऐड करावांगे ते मोटे दे रिएक्शन वेखदे आ गाला गुलाणा कढदे पतंदर कितें सानूं तां कढ दिंदा अशरिया नूं ਵੇਨੇ ਅੱਜ ਕੀ ਕਰਦਾ ਵਾ ਲਓ ਜੀ ਮੋਟੇ ਨੂੰ ਲੱਗੇ ਲਾਉਣ ਫੋਨ ਤੇ ਮੋਟੇ ਨੂੰ ਇਹ ਵੀ ਨਹੀਂ ਦੱਸਿਆ ਵੀ ਜਿਸ ਕਰਨ ਬੁਲਾਏ ਹੋਏ ਆ ਮੋਟੇ ਨੂੰ ਇਹ ਹੀ ਆ ਵੀ ਕਮਾਲਗੜਾ ਦੇ ਉੱਥੋਂ ਅਸੀਂ ਫੋਨ ਲਾਉਣ ਲੱਗੇ ਆ ਤੇ ਅਸੀਂ ਇੱਧਰ ਕੋ ਆਏ ਹੋਏ ਆ ਤੇ ਅਸੀਂ ਸਿੱਧਾ ਮੋਟੇ ਘਰੇ ਨਹੀਂ ਗਏ ਜਿਸ ਕਰਨ ਨਾਲ ਹੀ ਆ ਗਏ ਚੰਗਾ ਕਰਵਾਉਣਾ ਅੱਜ ਉਹਨੂੰ ਆ ਲੈ ਨੇੜੇ ਆ ਲਓ ਪਿੱਟਾ ਜੀ ਮੋਟਾ ਆਏਗਾ कमाल हो गया मोटा ही व्यस्त हो पे नहीं यार ਵਿਆਹ ਆਉਣ ਵਾਲਾ ਮੁੰਡੇ ਦਾ ਤਿਆਰੀਆਂ ਹੁੰਦੀਆਂ ਚੁੱਪ ਰੋ ਬੋਲੋ ਵੱਡਾ ਮੋਨ ਨਹੀਂ ਚੁੱਕਦਾ ਆ ਚੰਗਾ ਕੰਮ ਅਸੀਂ ਫਾਈਨਲੀ ਵਲੌਗ ਵੱਡਾ ਹੋ ਜਾਣਾ ਇਹ ਕਲਿੱਪ ਨਹੀਂ ਵਿੱਚ ਭਾਈ 11ਵਾਂ ਫੋਨ ਲੱਗਣ ਲੱਗਾ ਮੋਟੇ ਨੂੰ ਹੈਲੋ ਹੈਲੋ ਕਿਵੇਂ ਆ ਕਿਵੇਂ ਆ ਹੋਰ ਉਹ ਯਾਰ ਤੂੰ ਬੜਾ ਖੱਚਾ ਵਾਲਾ ਕੰਮ ਕੀਤਾ ਯਾਰ ਕੀ ਹੋਇਆ ਮੋਟੇ ਚੰਗੀ ਗੱਲ ਨਹੀਂ ਹੈਗੀ ਤੇਰੇ ਵਾਸਤੇ नहीं नहीं यार मोटे मैं गुरुआ आपका भरा जो ऐ करता ना तो बड़ा गुस्सा होता यार बड़ा ना तू हूं मैं की कह मैं तेन की दसा की करता यार तू मेरी पहला गल सुन यार तू सारा काम ही गुरुआ मैं तो गुस्सा भी आ मैं रोन जहा भी आ गुरुआ महा भी ओ तू भरावा काम ही बड़ा तू काम ही बड़ा उम्मीद किया मैं दसा की नहीं यार मोटे मैं मोटे सीरियस गल करते पे गुरुआ तू नहीं नहीं मेरी गल सुन तू जसकरन नूं की कहा वा सनोवर नूं साडे बारे तू भरावा क्या जसपाल अमर तेरी बंदे ही बड़े यार होर ही तरह दे आ आपां इहनां नाल माड़ा जिहा आपां भरावां गू आपां गुरुआ तू इहो जी गल कीती ते कीती किवें नहीं नहीं भरावा तू क्या उह बंदे बड़े मतलबी जे आ ते आपां माड़ा जिहा आपदा तू क्या वी बंदे बड़े मतलबी जे आ उह मूंह ते करा दूंगा मैं तैनूं भरावा जसकरन दे मैं मैनूं उहने सहुं चक ली मेरे को जसकरन ओ नहीं नहीं गुरुआ तू क्या है थोड़ा अगला झूठ बोल दूंगा अपन आप कहता यार मैं सौ चकदा यार अगला एवं पागल थोड़ी जरा सौ चकी जाता वा ओ नहीं आप सनोवर तो नहीं झूठ बोलता तेन पता सनोवर हमेशा सच बोलता हों वा सनोवर तो नहीं झूठ बोलता तो सनोवर तो सच ही बोलता वा तू सनोवर तो सच ही बोलता सनोवर ने तो सही कहा चल तू जसकरन दा लाला मोटे जिदा मेनू गुस्सा आना प्यार ना मैं बोली जा इना ही बड़ा वा मुकिया छड तू हाल वेख भरावा तू मेरा सबर ना परख मैं बहुत प्यार ना बोलन दिया वा ਸਰਬਣੀ ਸਬਰ ਹੁੰਦਾ ਵਾ ਪਹਿਲੀ ਗੱਲ ਤਾਂ ਇਹ ਐਵੇਂ ਬਕਵਾਸ ਨਾ ਕਰ ਜਾਂਦੀ ਮੇਰੇ ਨਾਲ ਨਹੀਂ ਐਡੀ ਕਿੱਡੀ ਕੁ ਲੋੜ ਪੈ ਗਈ ਤੈਨੂੰ ਸਾਡੇ ਬਾਰੇ ਮਾੜਾ ਬੋਲਣ ਦੀ ਅਸੀਂ ਤੇਰੇ ਚੱਕਿਆ ਕੁਝ ਲੋੜ ਨਹੀਂ ਆਇਆ ਜਿਹੜਾ ਕੀਤਾ ਨਹੀਂ ਆ ਮੇਰੇ ਮੂੰਹ ਤੇ ਯਾਰ ਤੂੰ ਕਰ ਲੈ ਕਿਆ ਥੋੜਾ ਜਿਹਾ ਉਹ ਨਾ ਕਰੋ ਨਾ ਗੁੱਸੇ ਜਾਓ ਸਾਰਾ ਤੂੰ ਤਾਂ ਮਜ਼ਾਕ ਜਿਹਾ ਕਰ ਰਿਹਾ ਉਹ ਮੁੱਕਿਆ ਨਹੀਂ ਮੋਟੇ ਪਰ ਫਿਰ ਵੀ ਯਾਰ ਗੱਲ ਗਲਤ ਆ ਆਪਾਂ ਤਾਂ ਨਹੀਂ ਅੱਜ ਤੋਂ ਬਾਅਦ ਨੂਰਪੁਰ ਵੜਨਾ ਆਪਾਂ ਨੂੰ ਆਪਾਂ ਤਾਂ ਨੂਰਪੁਰ ਅੱਜ ਤੋਂ ਬਾਅਦ ਆਪਾਂ ਦਾ ਖਤਮ ਕੰਮ ਨਾ ਆਪਾਂ ਵਿਆਹ 'ਚ ਵੜਨਾ ਨਾ ਆਪਾਂ ਨੂਰਪੁਰ ਵੜਨਾ ਵਾ ਭਰਾਵਾਂ ਵਾਲੀਆਂ ਗੱਲਾਂ ਥੋੜੀ ਹੋ ਆ ਭਰਾਵਾਂ ਵਾਲੀਆਂ ਥੋੜਾ ਇਹ ਤਾਂ ਫਿਰ ਦੋਗਲੇ ਬੰਦੇ ਦੀਆਂ ਗੱਲਾਂ ਹੁੰਦੀਆਂ ਗੁਰੂਆ ਤੂੰ ਉੱਧਰ ਕੁਛ ਹੋਰ ਆਪਾਂ ਨਾ ਪਿੰਡ ਵੜਨਾ ਨਾ ਆਪਾਂ ਤੇਰੇ ਵਿਆਹ 'ਚ ਵੜਨਾ ਆਪਾਂ ਨਾ ਹੀ ਅੱਜ ਤੇ ਨਾ ਹੀ ਕੱਲ੍ਹ
ਚੱਲ ਮੈਂ ਖੜਦਾ ਤੇਰੀ ਕਾਨਫਰੰਸ ਪਵਾ ਦਿੰਦਾ ਵਾ ਕਾਨਫਰੰਸ ਪਵਾ ਦਿੰਦਾ ਰੁਕ ਜਾ ਇੱਕ ਮਿੰਟ ਐਂ ਹੀ ਰੁਕ ਮੈਂ ਇੱਕ ਮਿੰਟ ਤੇਰੀ ਕਾਨਫਰੰਸ ਪਾਉਂਦਾ ਵਾ ਹੋਲਡ ਕਿਤੇ ਹੋਲਡ ਰੱਖ ਫੋਨ ਹੋਲਡ ਤੇ ਕਰਕੇ ਇਹਦੀ ਗੱਲ ਕਰਾ ਦੇ ਕਿਵੇਂ ਕਾਨਫਰੰਸ ਆ ਵੈਸੇ ਹੋਲਡ ਕਰ ਦੇ ਦੋ ਮਿੰਟ ਤੇ ਆਹ ਕੋਲੇ ਬੈਠਾ ਤੂੰ ਕਿ ਕਾਨਫਰੰਸ ਆ ਇਹ ਬੋਲ ਰਹੀ ਬਸ ਹੋ ਗਿਆ ਗੁੱਸਾ ਹੀ ਨਹੀਂ ਆਉਣ ਦਿਆ ਭਰਾਵਾ ਉਹ ਕੋਈ ਨਹੀਂ ਆਪਾਂ ਤਾਂ ਫਿਰ ਕੈਮਰੇ ਤੇ ਕੋਈ ਚੱਕਰ ਨਹੀਂ ਆਪਾਂ ਤਾਂ ਮਜ਼ਾਕ ਗੱਲਾਂ ਹੀ ਮਜ਼ਾਕ ਕਰੀ ਜਾਂਦਾ ਭਾਈ ਜਾਂਦਾ ਅੱਗੋਂ ਆਪਾਂ ਤਾਂ ਮਜ਼ਾਕ ਹੀ ਕਰਨਾ ਯਾਰ ਇਹ ਤਾਂ ਹੀ ਵੈਂ ਤੇਰਾ ਫੋਨ ਆ ਕੇ ਕੀ ਆਈਟਮ ਜੀ ਇੱਕ ਤਾਂ ਤੂੰ ਆ ਆ ਕਰ ਗੱਲ ਆ ਡਿਸਕਰਨ ਨੂੰ ਕਾਨਫਰੰਸ ਪਾਇਆ ਬੋਲ ਡਿਸਕਰਨ ਓਏ ਹੈਲੋ ਹਾਂ ਹੈਲੋ ਆਵੇ ਕਾਨਫਰੰਸ ਸੀ ਆ ਬੋਲ ਹੈਲੋ ਹਾਂ ਕੀ ਆ ਜਸਕਰਨ ਨੇ ਤੈਨੂੰ ਕੁਝ ਕਿਹਾ ਸੀ ਨਾ ਸਾਡੇ ਬਾਰੇ ਤੂੰ ਨੀ ਤੂੰ ਉਹਨੂੰ ਗਿਆ ਵਾ ਜਸਕਰਨ ਨੂੰ ਤੂੰ ਦੱਸ ਤੂੰ ਗਿਆ ਜਸਕਰਨ ਨੂੰ ਮੋਟੇ ਉਹ ਮੋਟੇ ਆਪਾਂ ਕੱਲ ਬੈਠੇ ਨੀ ਜਦੋਂ ਧਰਮਗੜ ਜਿਮ ਲਾ ਕੇ ਆਏ ਜਦੋਂ ਉਹ ਗੱਲ ਮੈਂ ਸ਼ਾਇਦ ਵੈਸੇ ਮੋਟ ਨੇ ਕਹੀ ਹੋਣੀ ਇਹ ਜ਼ਿਆਦਾ ਹੀ ਰਿਐਕਟ ਕਰਨ ਲੱਗ ਪਏ ਆ ਜੇ ਆਪਾਂ ਮੋਟਰਸਾਈਕਲ ਦੇ ਆਉਂਦੇ ਤੂੰ ਕਹਿਣ ਦਿਆ ਸੀ ਵੀ ਇਹ ਬਾਹਲਾ ਹੀ ਸਿਰ ਚੜ੍ਹਦੇ ਫਿਰਦੇ ਆ ਇਹ ਦੋਵੇਂ ਜਾਣੇ ਹੁਣ ਦੱਸ ਮੋਟਿਆ ਹੁਣ ਦੱਸ ਨਹੀਂ ਗੁਰੂਆ ਭਰਾ ਜਦੋਂ ਹੋਵੇ ਨਾ ਸਿਰ ਚੜ੍ਹਨ ਵਾਲੀ ਕਿਹੜੀ ਗੱਲ ਹੁੰਦੀ ਆ ਰਹੀ ਕੋਈ ਐਵੇਂ ਤੁਰੇ ਫਿਰਦੇ ਸਿਰ ਚੜ੍ਹਨ ਵਾਲੀ ਕਿਹੜੀ ਗੱਲ ਆ ਤੂੰ ਇਹ ਵੀ ਕਿਆ ਮਤਲਬ ਹੀ ਆ ਇਹਨੂੰ ਤੇ ਗੱਲ ਹੀ ਕਰਾ ਹੁਣ ਮੈਂ ਗੱਲ ਕਰਾਤੀ ਹਜੇ ਵੀ ਕਹਿੰਦਾ ਗੱਲ ਕਰਾ ਆਹ ਗੱਲ ਹੀ ਆ ਗੱਲ ਹੋਰ ਗੱਲ ਕਿਵੇਂ ਹੁੰਦੀ ਆ ਆਪਣੇ ਜਸਕਰਨ ਨੇ ਵੀ ਕਹਿਣਾ ਮਤਲਬ ਹੀ ਆ ਨਹੀਂ ਮੋਟਿਆ ਤੂੰ ਕਹਿਣ ਦਿਆ ਸੀ ਵੀ ਮਤਲਬ ਵੀ ਹੈਗੇ ਆ ਬਾਹਲੇ ਸਿਰ ਚੜਾਏ ਹੋਏ ਆ ਜਿਵੇਂ ਨਹੀਂ ਮੋਟਿਆ ਫਿਰ ਤੈਨੂੰ ਨੀ ਚੇਤਾ ਫਿਰ ਤੂੰ ਕਹਿਣ ਦਿਆ ਸੀ ਐਵੇਂ ਗੁੱਗੂ ਵੀ ਨੀ ਨਹੀਂ ਮੋਟਿਆ ਮੈਂ ਆਪਾਂ ਨੂੰ ਨਾ ਬੜੇ ਬੰਦੇ ਮਿਲੇ ਮੋਟੇ ਇੰਨਾ ਚਿਰ ਹੋਗਾ ਬਾਹਰ ਅੰਦਰ ਰਹਿੰਦਾ ਨੂੰ ਮੈਂ ਇੰਨਾ ਬੜੇ ਤੇ ਮੈਂ ਗਿਆ ਸੀ ਮੈਂ ਤਾਂ ਆਪਾਂ ਭਰਾ ਵਾਂਗੂ ਜੁੜੇ ਤੁਹਾਨੂੰ ਭਰਾ ਵਾਂਗੂ ਹੀ ਰਵਾਂਗੇ ਉਹ ਭਰਾਵਾ ਮੈਂ ਸੋਚਿਆ ਸੀ ਭਰਾ ਵਾਂਗੂ ਹੀ ਰਵਾਂਗੇ ਪਰ ਨਹੀਂ ਤੂੰ ਗੁਰੂਆ ਕਰਤੀ ਨਾ ਫਿਰ ਉਹਨਾਂ ਵਾਲੀ ਤੂੰ ਵੀ ਯਾਰ ਤੇ ਆਹ ਹੁਣ ਆ ਤੇਰੇ ਸਾਹਮਣੇ ਆ ਮੂੰਹ ਦੇ ਹੋਰ ਮੈਂ ਤੈਨੂੰ ਵੀ ਕਵਾਂ ਐਵੇਂ ਯਾਰ ਐਵੇਂ ਮੈਂ ਨੀ ਤੇਰੇ ਬਾਰੇ ਐਵੇਂ ਕਹਿਣ ਦਾ ਪਹਿਲਾਂ ਇਹ ਦੱਸ ਮੈਂ ਕਿਹਾ ਕਦੀ ਤੇਰੇ ਬਾਰੇ ਐਵੇਂ ਤੇ ਉਹ ਮੂੰਹ ਦੇ ਹੁੰਦੇ ਹਜੇ ਵੀ ਤੂੰ ਮੁੱਕਰੀ ਜਾਣਾ ਹਾਂ ਤੂੰ ਫਿਰ ਦੁਬਾਰਾ ਮੁੱਕਰੀ ਜਾਣਾ ਕਹਿ ਦਿਸ ਕਰਨ ਬੋਲ ਓਏ ਮੈਨੂੰ ਐਵੇਂ ਘੜੀਸੀ ਫਿਰ ਮੋਟਾ ਫਿਰ ਮੈਂ ਤਾਂ ਜਿਹੜੀ ਗੱਲ ਮੈਂ ਤਾਂ ਮਾੜੀ ਜਿਹੀ ਦੱਸੀ ਇਹ ਤਾਂ ਜ਼ਿਆਦਾ ਹੀ ਰਿਐਕਟ ਕਰਨ ਲੱਗ ਪਏ ਪਰ ਆਪਾਂ ਆਪਣਾ ਤੋਂ ਬਾਅਦ ਪਤਾ ਸਾਫ ਹੀ ਨਾ ਆਪਾਂ ਇੱਥੇ ਹੋਣਾ ਤੇ ਨਾ ਆਪਾਂ ਬਸ ਬਾਤ ਕਰੀ ਖਤਮ ਬਸ ਸਹੀ ਗੱਲ ਮੋਟੇ ਗੱਲ ਸੁਣ ਉਹ ਮੈਂ ਇਹਨਾਂ ਨੂੰ ਕਿਹਾ ਤੂੰ ਇੱਥੇ ਆ ਜਾ ਆਪਾਂ ਬਹਿ ਕੇ ਗੱਲ ਕਰ ਲੈਨੇ ਆ ਆਪਾਂ ਨਹੀਂ ਆਉਣਾ ਯਾਰ ਨਾ ਜੀ ਅੱਜ ਤੇ ਨਾ ਆਵੇ ਆਪਾਂ ਜੀ ਕੱਲ ਆਹੋ ਹੁਣ ਕਾਹਦੋ ਆਪਣਾ ਨਹੀਂ ਹੁਣ ਜੀ ਕਰਦਾ ਬਈ ਆਪਾਂ ਵਾਂਗੂ ਤੁਰੇ ਆਪਾਂ ਉਵੇਂ ਤੁਰੇ ਨਹੀਂ ਦੂਜੇ ਪਾਸੇ ਤੇ ਫਿਰ ਆਹ ਕੀ ਆ ਯਾਰ ਆਹ ਕੀ ਆ ਮੈਨੂੰ ਗੁੱਸਾ ਚੜਾਈ ਜਾਂਦਾ ਯਾਰ ਤੂੰ ਇਹਦੇ ਬਿਨਾਂ ਗੱਲੋ ਹੀ ਉਹ ਚੱਲ ਆਹ ਕੀ ਫਿਰ ਆ ਵਿੱਚ ਕਹਿ ਤਾਂ ਦਿਆ ਵਾ ਤੂੰ ਖੇਰ ਹੀ ਚੜਾਈ ਜਾਂਦਾ ਯਾਰ ਮੋਟਿਆ ਮੈਂ ਕਹਿੰਦਾ ਨਾ ਕੁਝ ਕਵਾਂ ਨਹੀਂ ਯਾਰ ਆਹਦਾ ਯਾਰ ਫਿਰ ਮੈਂ ਭਰਾਵਾਂ ਨੂੰ ਚੱਲਣ ਦਿਆ ਯਾਰ ਫਿਰ ਜੇ ਵੀਰੇ ਆਪਾਂ ਜਿਹਦੇ ਨਾਲ ਭਰਾਵਾਂ ਆਪਾਂ ਸਿੱਧੇ ਹੋ ਜਾਈਏ ਫਿਰ ਸਿੱਧੇ ਹੀ ਹਾਂ ਯਾਰ ਮੈਂ ਤਾਂ ਜਿੰਨਾ ਤੇ ਭਰਾਵਾਂ ਨੂੰ ਉਹਨਾਂ ਤੇ ਭਰਾਵਾਂ ਨੂੰ ਆ ਯਾਰ ਕਹੀ ਕਿਉਂ ਨਹੀਂ ਯਾਰ ਇਹ ਫਿਰ ਅਸੀਂ ਪਾਗਲਾਂ ਯਾਰ ਜਿਹੜੇ ਬੋਲਣ ਦੇ ਮੈਂ ਤਾਂ ਗਾਲਾਂ ਸੁਣਦਾ ਮੂੰਹੋਂ ਯਾਰ ਆਪਾਂ ਮੋਟੇ ਜਿੰਨਾ ਚਿਰ ਮੇਰੀ ਗੱਲ ਸੁਣ ਜਿੰਨਾ ਚਿਰ ਆਪਾਂ ਹੈਗੇ ਭਰਾਵਾਂਗੂ ਵੀਰ ਆਪਾਂ ਜਿੱਧਰ ਸਿੱਧੇ ਫਿਰ ਉੱਧਰ ਸਿੱਧੇ ਹੀ ਆ ਐਵੇਂ ਕਰਦੇ ਫੋਨ ਭੈਣ ਹਨੇਰੀ ਵੇਖੀ ਤੇਰੀ ਆਉਂਦੀ ਤੂੰ ਇਹ ਗੱਲ ਜੇ ਕਹੀ ਹੋਈ ਨਾ ਤੇ ਫਿਰ ਪਤਾ ਲੱਗ ਜੂਗਾ ਵੀ ਇੱਥੇ ਨੂਰਪੁਰ ਵੀ ਤੁਹਾਡੇ ਪਤਾ ਲੱਗ ਜੂਗਾ ਵੀ ਕਿਵੇਂ ਕਹੀ ਦੀ ਗੱਲ ਤੈਨੂੰ 15 ਮਿੰਟਾਂ 'ਚ ਦੱਸ ਦਿੰਦਾ 15 ਮਿੰਟਾਂ 'ਚ ਕੀ ਹੁੰਦਾ ਰੋਕ ਤੂੰ 15 ਮਿੰਟ ਤੂੰ ਰੋਕ ਜਾ 15 ਮਿੰਟ ਤੈਨੂੰ ਦੱਸਦਾ ਕੀ ਹੁੰਦਾ ਬਾਹੀ ਤੁਸੀਂ ਤੂੰ ਪਾਗਲਾ ਰੋਕ ਤੂੰ 15 ਮਿੰਟ ਰੋਕ ਦਿੰਦਾ ਦੱਸਦਾ ਤੈਨੂੰ 15 ਮਿੰਟ 'ਚ ਮੈਂ
चलो 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 चुप चलो हेलो हाँ यार मोटा मैं तो दो तीन गल तू कल कही तू आप ਭਰਾਵਾ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਜਿਹੜੀ ਗੱਲ ਚੱਲ ਹੋ ਗਈ ਜੇ ਨਹੀਂ ਮੈਂ ਉਹਨਾਂ ਨੂੰ ਕਿਹਾ ਜਿਹੜੀ ਗੱਲ ਹੋ ਗਈ ਬਹਿ ਕੇ ਨਿਬੜ ਲਓ ਉਹ ਤਾਂ ਭਰਾਵਾ ਬਹਿ ਕੇ ਨਿਬੜ ਲਓ ਕਿਹੜਾ ਕੰਮ ਸਾਡੀਆਂ ਕੰਮ ਪੈਰੀਆਂ ਦਾ ਰੋਲਾ ਚੱਲ ਪਿਆ ਜਾ ਬਹਿ ਕੇ ਨਿਬੜ ਜਾਈ ਤੇ ਹੁਣ ਮੈਂ ਇਹ ਮੋਟਾ ਹੁਣ ਤੂੰ ਸਾਫ ਸਾਫ ਮੁੱਕਣ ਦਿਆ ਤੂੰ ਕੱਲ ਮੋਟਰਸਾਈਕਲ ਤੇ ਕਹੀ ਆ ਮੋਟਾ ਤੂੰ ਵੀ ਮੁੱਕਰਨ ਦਿਆ ਤੂੰ ਗੱਲ ਗੱਲ ਕਹੀ ਆ ਹੁਣ ਤੂੰ ਡਰਦਾ ਮਾਰਾ ਮੁੱਕਰੀ ਜਾਂਦਾ ਵੀ ਗਾਂ ਉਹਨਾਂ ਨੂੰ ਪਤਾ ਲੱਗ ਗਿਆ ਤੇ ਫਿਰ ਤੂੰ ਤਾਂ ਹੀ ਮੁੱਕਰਨ ਦਿਆ ਵੀ ਉਹਨੂੰ ਪਤਾ ਲੱਗ ਗਿਆ ਜਾ ਭਰਾਵਾ ਆਪਦਾ ਵੇਖੋ ਤੁਸੀਂ ਮੈਨੂੰ ਕਦੋਂ ਘੜੀਸਿਆ ਵਿੱਚ ਤੇ ਯਾਰ ਤੂੰ ਕਹੀ ਤੇ ਮੈਂ ਕਹੀ ਆ ਭਰਾਵਾ ਆਪਦਾ ਆਪੇ ਵੇਖੋ ਫਿਰ ਮੈਨੂੰ ਨਾ ਫੋਨ ਲਾਈ ਜਾਓ ਕਦੀ ਉਹ ਫੋਨ ਲਾ ਲੈਂਦਾ ਕਦੀ ਉਹ ਪਤਾ ਨੀ ਫਿਰ ਆਪੇ ਆਉਂਦੇ ਆ ਤੇ ਆਪੇ ਬਹਿ ਕੇ ਗੱਲ ਯਾਰ ਮੈਂ ਉਹਨਾਂ ਨੂੰ ਫੋਨ ਲਾਉਣਾ ਇੱਥੇ ਆ ਜਾਂਦੇ ਫਿਰ ਪਿੰਡ ਆਪੇ ਨਿਬੜ ਲਿਆ ਜੀ ਆਹੋ ਬਹਿ ਕੇ ਕਰ ਲਿਆ ਜੀ ਗੱਲ ਆ ਜਾਂਦੇ ਉਹ ਚੰਗਾ ਯਾਰ ਦਫਾ ਹੋ ਚੱਲ ਚੱਲੀਏ ਘਰੇ ਘਰੇ ਚੱਲੀਏ ਘਰੇ ਚੱਲੀਏ ਚੱਲ ਮੋਟੇ ਵੱਲ ਚੱਲਦੇ ਹੋਣੇ ਮੋਟੇ ਦਾ ਰਿਐਕਸ਼ਨ ਵਿਹਲੇ ਉੱਤੇ ਆ ਕੇ ਕੀ ਆ ਮੋਟੇ ਕਿੱਥੇ ਤੁਹਾਡੇ ਘਰ ਦਹੀ ਆ ਗਿਆ ਤੂੰ ਘਰੇ ਫਿਰਦੇ ਅਸੀਂ ਤੂੰ ਕਿੱਧਰ ਗਿਆ ਚਲਾ ਸਾਨੂੰ ਕਹਿ ਕੇ ਤੇ ਮੈਂ ਤੈਨੂੰ ਕਿਹਾ ਨਹੀਂ ਵੀ ਅਸੀਂ ਕਮਾਲਗੜੋਂ ਤੁਰ ਪਏ ਨੂਰਪੁਰ ਆਉਣੇ ਪਏ ਆ ਅਸੀਂ ਕਿਹਾ ਬਹਿ ਕੇ ਗੱਲ ਕਰਦੇ ਤੂੰ ਕਿਹਦੇ ਨਾਲ ਆਉਣਾ ਪਿਆ ਤੂੰ ਆਉਣਾ ਕਿਹਦੇ ਨਾਲ ਪਿਆ ਤੂੰ ਤੇ ਤੈਨੂੰ ਅਸੀਂ ਕਿਹਾ ਨਹੀਂ ਜਸਕਰਨ ਨੇ ਗੱਲ ਕੀਤੀ ਜਸਕਰਨ ਨੂੰ ਮੂੰਹ ਤੇ ਕਰਾਵਾਂਗੇ ਤੂੰ ਇਕੱਲਾ ਹੀ ਤੁਰ ਕੇ ਆ ਗਿਆ ਇਹਨੂੰ ਲੈ ਭਰਾਵਾ ਹੁਣੇ ਮੈਂ ਤੈਨੂੰ ਕਿਹਾ ਵੀ 15 ਮਿੰਟ ਬਹਿ ਹੀ ਆ ਗਏ ਜਸਕਰਨ ਨੂੰ ਆਪਾਂ ਮੂੰਹ ਤੇ ਕਰਾਉਣੇ ਆ ਲੈ ਚੱਲ ਆ ਇੱਥੇ ਆ ਤੂੰ ਅਸੀਂ ਬੈਠੇ ਘਰੇ ਆ ਕਿੱਥੇ ਆ ਮੁੜ ਕੇ ਆ ਤੂੰ ਅਬ ਜਸਕਰਨ ਵੀ ਇੱਥੇ ਹੀ ਇੱਥੇ ਆ ਗੁਰੂਆ ਤੂੰ 2 ਮਿੰਟ ਲਾਏ ਉਧਰ ਪਹੁੰਚ ਗਿਆ ਅਸੀਂ ਇੱਧਰ ਆ ਗਏ ਆ ਆ ਤੂੰ ਛੇਤੀ ਆ ਜਸਕਰਨ ਵੀ ਇੱਥੇ ਘਰੇ ਹੀ ਆ ਜਾ ਆ ਜਾ ਆ ਜਾ ਸਬਰ ਨਾ ਪਰ ਤੇਰੇ ਦਿਮਾਗ ਤੋਂ ਵੀ ਛੋਟਾ ਤੇਰਾ ਸਬਰ ਤੈਨੂੰ ਜਾਣਦਾ ਮੈਂ ਚੰਗੀ ਤਰ੍ਹਾਂ ਨਿੱਕੇ ਜਿਹੇ ਨੂੰ ਮਾਰੀ ਜਾਂਦਾ ਕਮਾਲਗੜੋ ਗੇੜਾ ਕੱਢ ਗਿਆ ਕਿੱਡਾ ਮੋਟੇ ਕੱਲ ਦੀ ਅੱਧੇ ਦਿਨ ਦੀ ਖੁਰਾਕ ਅੱਧੇ ਦਿਨ ਦੀ ਪਾਈਆ ਦਿਮਾਗ ਮੈਂ ਤਾਂ ਨਿੱਕਾ ਜਿਹਾ ਮੋਟੇ ਨੇ ਗੁੱਸੇ ਜਾਣਾ ਪਾਗਲ ਹੀ ਹੈ ਪਾਗਲ ਹੀ ਹੈ ਚੱਲ ਪੈਣਾ